ਜੀ ਤੇ ਸੱਜਣਾ ਤੇ ਬਿੱਲੀਓ ਮਿੱਤਰਾਂ ਤੁਸੀਂ ਲਿਓ ਕੀ ਹਾਲ ਹੈ ਤੁਹਾਡਾ ਤੁਸੀਂ ਵੇਖਿਆ ਸੀ ਕੱਲ੍ਹ ਦੀ ਐਪੀਸੋਡ ਵਿੱਚ ਜਿਹੜਾ ਨਾ ਅਸੀਂ ਆਪਣੇ ਫੈਮਿਲੀ ਪ੍ਰੋਬਲਮ ਸੋਲਵ ਕਰਦੇ ਪਏ ਸਾਂ ਲੇਕਿਨ ਅੱਜ ਅਸੀਂ ਆਪਣਾ ਬੈਕ ਟੂ ਦਾ ਬਿਜ਼ਨਸ ਬੈਕ ਟੂ ਦਾ ਪੁਆਇੰਟ ਐਂਡ ਬੈਕ ਟੂ ਦਾ ਜੋਬ ਆ ਗਏ ਹਾਂ ਯਾਰ ਅੱਜ ਦੀ ਐਪੀਸੋਡ ਵਿੱਚ ਤੁਹਾਨੂੰ ਅੱਜ ਦੀ ਐਪੀਸੋਡ ਵਿੱਚ ਅਸੀਂ ਨਾ ਇਹ ਜਿਹੜੀ ਕੰਸਟਰਕਸ਼ਨ ਵਾਲੀ ਬਿਲਡਿੰਗ ਹੈ ਨਾ ਯਾਰ ਇਸ ਬਿਲਡਿੰਗ ਦੇ ਵਿੱਚ ਇੱਕ ਮੈਨੇਜਰ ਹੈ ਅਤੇ ਇੱਕ ਇੰਜੀਨੀਅਰ ਹੈ ਉਹਦੇ ਕੋਲ ਇਸ ਪੂਰੀ ਬਿਲਡਿੰਗ ਦਾ ਨਕਸ਼ਾ ਹੈ ਅਤੇ ਜਿਹੜੀ ਨਾਲ ਬੈਂਕ ਹੈ ਨਾ ਉਹਦਾ ਵੀ ਨਕਸ਼ਾ ਹੈ ਵੇ ਹਾਂ ਬਾਈ ਟੋਪੀ ਦੇ ਇੱਧਰ ਮੈਨੂੰ ਇੱਕ ਮਿੰਟ ਲਾ ਕੇ ਮੈਨੂੰ ਪਹਿਚਾਣੇ ਨਾ ਇਹ ਆਪਣੇ ਬੰਦਾ ਸੀ ਜੀ ਅਸੀਂ ਇਹਦੇ ਕੋਲ ਟੋਪੀ ਲੈ ਲਈਏ ਹੁਣ ਅਸੀਂ ਵੀ ਇੱਥੇ ਦੇ ਇੱਕ ਵਰਕਰ ਬਣ ਗਏ ਹਾਂ ਅਤੇ ਸਾਨੂੰ ਵੀ ਹੁਣ ਕੋਈ ਪਹਿਚਾਨਣ ਨਹੀਂ ਲੱਗਾ ਅਤੇ ਜਿੱਦਾਂ ਉਹ ਸਾਹਮਣੇ ਉਹ ਬੰਦਾ ਜਾ ਰਿਹਾ ਵੇ ਅਤੇ ਉਹਦੇ ਕੋਲੋਂ ਅਸੀਂ ਜਿਹੜਾ ਹੈ ਨਾ ਉਹ ਬੈਗ ਲੈਣਾ ਵੇ ਜਿਹੜਾ ਉਹ ਆਪਣੇ ਹੱਥ ਵਿੱਚ ਲਹਿਰਾਉਂਦਾ ਬਲ ਖਾਂਦਾ ਜਾ ਰਿਹਾ ਹੈ ਲਹਿਰਾ ਕੇ ਬਲਖਾ ਕੇ ਬਲਖਾ ਕੇ ਲਹਿਰਾ ਕੇ ਜਨਾਬ ਇਹ ਇੱਥੇ ਅਸੀਂ ਪਹੁੰਚ ਗਏ ਹਾਂ ਇਹ ਹੁਣ ਖੋਤੀ ਦਾ ਬੱਚਾ ਭੱਜ ਭੱਜ ਕੇ ਲਿਫਟ 'ਚ ਵੜ ਗਿਆ ਉਹ ਲਿਫਟ ਉੱਤੇ ਚੜ ਗਿਆ ਇੱਕ ਮਿੰਟ ਮੈਂ ਵੀ ਇੱਥੋਂ ਹੁਣ ਭੱਜ ਕੇ ਲਿਫਟ ਦੇ ਵਿੱਚ ਵੜਨਾ ਵਾ ਜਲਦੀ ਜਲਦੀ ਅਸੀਂ ਲਿਫਟ ਦੇ ਵਿੱਚ ਵੜੀਏ ਹੁਣ ਜਨਾਬ ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸਣਾ ਵਾ ਇਹ ਬੈਗ ਤੁਹਾਨੂੰ ਕਿਉਂ ਚਾਹੀਦਾ ਹੈ ਅਸੀਂ ਕੱਲ੍ਹ ਕਰਨੀ ਹੈ ਇੱਕ ਸੋਨੇ ਦੀਆਂ ਇੱਟਾਂ ਦੀ ਚੋਰੀ ਜਿਹਦੇ ਲਈ ਅਸੀਂ ਇੱਕ ਪਹਿਲਾਂ ਵੀ ਐਪੀਸੋਡ ਵਿੱਚ ਪੂਰਾ ਪਲਾਨ ਬਣਾਇਆ ਸੀ ਅਤੇ ਅੱਜ ਵੀ ਜਿਹੜਾ ਨਾ ਅਸੀਂ ਉਹ ਸੋਨੇ ਗੋਲਡ ਚੋਰੀ ਕਰਨ ਲਈ ਨਾ ਇਹਦੇ ਕੋਲ ਆਏ ਹਾਂ ਕਿਉਂਕਿ ਇਸ ਬੈਗ ਵਿੱਚ ਬਹੁਤ ਤਕੜੇ ਤਕੜੇ ਡਾਕੂਮੈਂਟ ਨੇ ਜਿਹੜੇ ਸਾਨੂੰ ਚਾਹੀਦੇ ਨੇ ਦੋ ਮਿੰਟ ਮੈਂ ਤੇਰਾ ਵਰਕਰਸ ਦੇ ਅੱਗੇ ਇਹਨੂੰ ਨਹੀਂ ਮਾਰ ਸਕਦਾ ਹੁਣ ਇਹਨੂੰ ਮੈਂ ਤੇਰਾ ਕੁਝ ਸ਼ਹਿਰ 'ਤੇ ਜਾ ਕੇ ਮਾਰਨਾ ਵੇ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਏ ਕੀ ਹਾਲ ਹੈ ਮਿੱਤਰੋ ਵੱਲ ਲਓ ਚਲੋ ਤੁਸੀਂ ਆਪਣਾ ਕੰਮ ਕਰਦੇ ਰਹੋ ਧਿਆਨ ਦੇ ਨਾਲ ਸਕੂਨ ਦੇ ਨਾਲ ਆਰਾਮ ਦੇ ਨਾਲ ਗੁੱਡ ਹੋ ਗਿਆ ਹੁਣ ਅੱਗੇ ਚੱਲੀਏ ਜਨਾਬ ਹੁਣ ਯਾਰ ਇਸ ਜਗ੍ਹਾ ਤੋਂ ਕੋਈ ਬੰਦਾ ਨਹੀਂ ਹੈ ਹੁਣ ਇੱਥੇ ਕੋਈ ਬੰਦਾ ਨਹੀਂ ਆ ਜਲਦੀ ਜਲਦੀ ਅਸੀਂ ਇੱਥੇ ਨੂੰ ਮਾਰ ਦਈਏ ਪਹਿਲਾਂ ਇਹਨੂੰ ਮਾਰਨੇ ਅਸੀਂ ਕਰੰਟ ਵਾਲੀ ਗੰਨ ਇੱਕ ਮਿੰਟ ਵੇਖੀ ਤੈਨੂੰ ਕਰੰਟ ਮਜਦਾ ਆਏ ਹਾਏ ਉਹ ਭਾਈ ਇਹਨੂੰ ਤਾਂ ਕੁਝ ਹੋਇਆ ਨਹੀਂ ਤੇ ਭੱਜਣ ਲੱਗ ਗਿਆ ਜਨਾਬ ਇਹਦੇ ਹੈਲਪ 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 ਕਰਨ ਲੱਗ ਗਿਆ ਹੁਣ ਇਹਨੂੰ ਮੈਂ ਮਾਰਨਾ ਵੱਡੀ ਆਪਣੀ ਪਿਸਤੌਲ ਮਸ਼ੀਨ ਗੰਨ ਜਿਹੜੀ ਹੈ ਨਾ ਮੇਰੇ ਕੋਲ ਮਸ਼ੀਨ ਪਿਸਟਲ ਇੱਕ ਮਿੰਟ ਤੇਰੀ ਮੈਂ ਵੱਖੀ ਪਾੜ ਦੇਣੀ ਆਏ ਹਾਏ ਨਾ ਵੇਖ ਮੈਂ ਇਹਨੂੰ ਵੱਖੀ ਸ਼ੋਟ ਮਾਰਿਆ ਤੇ ਇੱਕ ਹੈਡ ਦੇ ਪਿੱਛੇ ਕੰਨ ਪੱਟੀ ਸ਼ੋਟ ਮਾਰ ਦਿੱਤਾ ਇਹ ਨਾਲ ਹੀ ਮੇਰੇ ਕੋਲ ਬਿਲਕੁਲ ਲਿਫਟ ਲੇਕਿਨ ਚਲਦੀ ਕੋਈ ਨਹੀਂ ਆਏ ਇਧਰੋਂ ਵਾਪਸ ਚਲੀਏ ਉਹ ਵਰਕਰਸ ਆ ਗਏ ਨੇ ਇਹਨਾਂ ਨੂੰ ਮੈਂ ਮਾਰਨਾ ਨਹੀਂ ਤਾਂ ਜਲਦੀ ਜਲਦੀ ਮੈਂ ਭੱਜ ਕੇ ਪਰਾਂ ਨੂੰ ਜਾਣਾ ਉਹ ਸਾਹਮਣੇ ਜਿਹੜੀ ਲਿਫਟ ਨਾ ਉਹ ਬੜੀ ਚਲਦੀ ਆ ਲਿਫਟ ਬੰਦ ਹੈ ਹੁਣ ਇੱਕ ਮਿੰਟਾ ਵੀ ਲਿਫਟ ਨਹੀਂ ਚੱਲਦੀ ਜਨਾਇਆ ਤੇ ਉਂਝ ਕੋਈ ਗ੍ਰਿਲਾਂ ਜੀਆਂ ਸਾਨੂੰ ਇੱਥੇ ਵੀ ਲਿਫਟ ਨਹੀਂ ਆਉ ਲਿਫਟ ਕਿੱਧਰ ਗਈ ਹੈ ਇੱਕ ਮਿੰਟ ਲਿਫਟ ਹੈ ਮੇਰੀ ਹੈ ਨਿੱਕੀ ਜੀ ਹੈ ਉਹ ਆ ਗਈ ਲਿਫਟ ਲੱਭ ਗਈ ਸਾਨੂੰ ਹੁਣ ਛਾਲ ਮਾਰ ਕੇ ਅਸੀਂ ਇਹਦੇ ਵਿੱਚ ਬਹਿ ਗਏ ਹਾਂ ਇੱਕ ਮਿੰਟ ਮੈਂ ਬਟਨ ਦਬਾ ਦੇਣਾ ਡੂਮ ਹੁਣ ਬਟਨ ਦਬਾ ਕੇ ਮੈਂ ਥੱਲੇ ਜਾ ਰਿਹਾ ਲਹਿਰਾ ਕੇ ਬਲਖਾ ਕੇ ਥੱਲੇ ਮੈਂ ਅੱਪੜ ਗਿਆ ਪਰ ਡਾਲਰਾਂ ਵਾਂਗੂ ਨਹੀਂ ਜਨਾਬ ਅਸੀਂ ਦ ਗ੍ਰੇਟ ਚੋਰੀ ਕਰ ਲਈਏ ਹੁਣ ਇਹ ਡਾਕੂਮੈਂਟ ਅਸੀਂ ਚੋਰੀ ਕਰਨੇ ਨੇ ਇਹ ਡਾਕੂਮੈਂਟ ਚੋਰੀ ਕਰਨ ਤੋਂ ਬਾਅਦ ਜਲਦੀ ਜਲਦੀ ਅਸੀਂ ਲੈਸਟਰ ਕੋਲ ਚੱਲਣੇ ਹਾਂ ਆਪਣੇ ਜਿਹੜਾ ਲੈਸਟਰ ਨੇ ਉਹ ਸਾਡਾ ਇੱਕ ਕਿਸਮ ਦਾ ਚਾਚੂ ਹੀ ਹੈ ਲੈਸਟਰ ਚਾਚੂ ਕੋਲ ਅਸੀਂ ਚੱਲਣੇ ਹਾਂ ਅਤੇ ਉਹਦੇ ਕੋਲ ਜਾ ਕੇ ਅਸੀਂ ਪਲੈਨ ਬਣਾਉਣਾ ਹੈ ਅਤੇ ਜਿਹੜਾ ਮਾਈਕਲ ਹੈ ਨਾ ਚਾਈਨੀਜ਼ ਕੋਲੋਂ ਕੁੱਟ ਛੁੱਟ ਖਾ ਕੇ ਅਤੇ ਕੱਲ੍ਹ ਉਹਨੇ ਆਪਣੀ ਬੀਵੀ ਨੂੰ ਵੀ ਰਾਜ਼ੀ ਰੂਜ਼ੀ ਕਰਕੇ ਅਤੇ ਅੱਜ ਦੁਬਾਰਾ ਉਹ ਬੈਕ ਟੂ ਦਾ ਬਿਜ਼ਨਸ ਐਂਡ ਬੈਕ ਟੂ ਦਾ ਜੋਬ ਆ ਗਿਆ ਵੇ ਉਹ ਵੀ ਹੁਣ ਜਨਾਬ ਇੱਥੇ ਗਾਰਮੈਂਟ ਫੈਕਟਰੀ ਦੇ ਵਿੱਚ ਹੀ ਹੋਣਾ ਹੈ ਉਹ ਸਾਹਮਣੇ ਉਹਦੀ ਗੱਡੀ ਖਲੋਤੀ ਹੈ ਕਿ ਮੈਂ ਉਹਦੀ ਗੱਡੀ ਦੇ ਨਾਲ ਜਾ ਕੇ ਮੈਂ ਆਪਣੀ ਗੱਡੀ ਪਾਰਕ ਕਰਨਾ ਵਾ ਇੱਕ ਮਿੰਟ ਇਹ ਚੈੱਕ ਕਰੋ ਭਾਈ ਸਾਹਿਬ ਕਿਧਰੇ ਗੱਡੀ ਨਹੀਂ ਠੁਕੀ ਮੇਰੀ ਡਰਾਈਵਿੰਗ ਦੀ 10 ਪੁਆਇੰਟ ਬੰਦੇ ਨੇ ਯਾਰ ਤੁਹਾਨੂੰ ਵੀਡੀਓ ਅੱਜ ਦੀ ਪਸੰਦ ਆ ਰਹੀ ਹੈ ਜੇ ਤੱਕ ਤਾਂ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ 'ਤੇ ਕਮੈਂਟ ਕਰੋ ਸ਼ੇਅਰ ਕਰੋ ਅੱਜ ਦੀ ਵੀਡੀਓ 'ਤੇ 20 ਮਿਲੀਅਨ ਲਾਈਕ ਕਰੋ ਜੀ ਹੁਣ ਅੱਗੇ ਚੱਲੀ ਗਏ ਸੀ ਹੁਣ ਜਨਾਬ ਇੱਥੇ ਮੈਂ ਫਾਸਟ ਕਰਕੇ ਛੇਤੀ ਛੇਤੀ ਲੈਸਟਰ ਕੋਲ ਪਹੁੰਚ ਗਿਆ ਹੁਣ ਯਾਰ ਅਸੀਂ ਕੱਲ੍ਹ ਦਾ ਪਲਾਨ ਬਣਾਉਣੇ ਆ ਅਸੀਂ ਕੱਲ੍ਹ ਦੇ ਪਲਾਨ ਵਿੱਚ ਅਸੀਂ ਇਹ ਕਹਿਣਾ ਯਾਰ ਕਿ ਜਿਹੜਾ ਨਾ ਹੁਣ ਇਹ ਅਸੀਂ ਡਾਕੂਮੈਂਟ ਚੋਰੀ ਕਰ ਲੈਣੇ ਹੁਣ ਕੱਲ੍ਹ ਅਸੀਂ ਬਹੁਤ ਵੱਡੇ ਲਈ ਰੋਬੀ ਕਰਨੀ ਹੈ ਤਾਂ ਸਾਡੇ ਕੋਲ ਹੁਣ ਨਾ ਦੋ ਆਪਸ਼ਨ ਨੇ ਜਾਂ ਤਾਂ ਅਸੀਂ ਬਾਏ ਰੋਡ ਜਾ ਕੇ ਚੋਰੀ ਕਰੀਏ ਜਾਂ ਫਿਰ ਅਸੀਂ ਬਾਏ ਏਅਰ ਜਾ ਕੇ ਚੋਰੀ ਕਰੀਏ ਮੈਨੂੰ ਲੱਗਦਾ ਬਾਏ ਰੋਡ ਦਾ ਖਤਰਾ ਹੋ ਸਕਦਾ ਬਾਏ ਏਅਰ ਹੀ ਕਰਦੇ ਹਾਂ ਚਲੋ ਠੀਕ ਹੋ ਗਿਆ ਹੁਣ ਯਾਰ ਸਾਡੇ ਲਈ ਤਿੰਨ ਬੰਦਿਆਂ ਨੂੰ ਤਿੰਨ ਬੰਦਿਆਂ ਦੀ ਲੋੜ ਹੈ ਸਾਨੂੰ ਇੱਕ ਹੈਕਰ ਦੀ ਹੈਕਰ ਅਸੀਂ ਕੁੜੀ ਰੱਖ ਲਈ ਕਿਉਂਕਿ ਕੁੜੀਆਂ ਕੋਲ ਬੜਾ ਡਾਟਾ ਕੰਮ ਹੁੰਦਾ ਇੱਕ ਗਨਮੈਨ ਦੀ ਗਨਮੈਨ ਭਾਈ ਸਾਹਿਬ ਇਹ ਤਗੜਾ ਜਿਹਾ ਲੱਗ ਰਿਹਾ ਚਿੱਟਾ ਜਿਹਾ ਦੂਜੇ ਤਾਂ ਖਤਰਨਾਕ ਸਨ ਹੁਣ ਇੱਕ ਸਾਨੂੰ ਡਰਾਈਵਰ ਦੀ ਜ਼ਰੂਰਤ ਹੈ ਇਹਨਾਂ ਵਿੱਚੋਂ ਇਸ ਬੰਦੇ ਨੇ ਫਾਸਟ ਐਂਡ ਫਿਊਰਸ 'ਚ ਕੰਮ ਕੀਤਾ ਮੈਨੂੰ ਲੱਗਦਾ ਰੋਹ ਘਰ ਲੱਗ ਰਿਹਾ ਉਹ ਜਿਹੜਾ ਗੰਜਾ ਹੁੰਦਾ ਹੁਣ ਸਾਨੂੰ ਇਹ ਬੰਦੇ ਪੂਰੇ ਹੋ ਗਏ ਨੇ ਅਤੇ ਯਾਰ ਕੱਲ੍ਹ ਦੀ ਐਪੀਸੋਡ ਬਹੁਤ ਹੀ ਤਗੜੀ ਹੋਣੀ ਹੈ ਮਿਲਦੇ ਹਾਂ ਕੱਲ੍ਹ ਦੀ ਐਪੀਸੋਡ ਵਿੱਚ ਰੋਬਰੀ ਦੇ ਨਾਲ